माननीय प्रधानमंत्री जी सादर नमस्कार मेरा नाम है आर सिरी. मैं जवाहर विद्यालय, रंगारेडी, हैदराबाद की नवी कक्षा की छात्रा हूँ प्रश्न है हमें अधिक भाषाएं सीखने के लिए क्या करना चाहिए मैं इसमें आपकी मार्गदर्शन चाहती हूँ धन्यवाद श्रीमान थैंक यू अक्षरा ऑनरेबल प्राइम मिनिस्टर सर इसी से मिलता जुलता प्रश्न ऋतिका गोडके भारत की हृदय नगरी भोपाल से आई हैं। वे हमारे साथ सभागार में हैं। ऋतिका कृपया अपना प्रश्न पूछें। आदरणीय प्रधानमंत्री जी नमस्कार मेरा नाम ऋतिका घोड़के है मैं भोपाल मध्य प्रदेश कक्षा बारहवीं की छात्र शासकीय सुभाष उत्कृष्ट माध्यमिक विद्यालय स्कूल फॉर एक्सीलेंस की छात्रा हूँ सर, मेरा क्वेश्चन आपसे यह है कि हम अधिक से अधिक भाषाएं कैसे सीख सकते हैं और ये क्यों जरूरी है धन्यवाद धन्यवाद रितिका माननीय प्रधानमंत्री जी कृपया अक्षरा और रितिका को बहुभाषी कौशल प्राप्त करने के लिए मार्गदर्शन करें जो कि समय की आवश्यकता है माननीय प्रधानमंत्री जी बड़ा गया खरा सवाल पूछया तुसे ਉੰਮਾ ਮੈਂ ਸ਼ੁਰੂ ਚ ਆਖਾ ਕਰਦਾ ਹਾਂ ਜੇ ਬਾਕੀ ਚੀਜ਼ਾਂ ਛੋੜੀਏ ਬਿੰਦ ਕੇਂਦਰੀ ਤੋਂ ਦੇ ਜਾਓ ਕੇਂਦਰੀ ਤੋਂ ਦੇ ਜਾਓ ਪਰ ਇਹ ਕਿਹੋ ਜਿਹਾ ਸਵਾਲ ਹੈ ਜਿਹਦੇ ਚ ਮੈਂ ਆਖਣਾ ਜੇ ਤਸ ਬਿੰਦ ਐਕਸਟ੍ਰੋਵਰਟ ਹੋ ਜਾਓ ਬਿੰਦ ਐਕਸਟ੍ਰੋਵਰਟ ਹੋਣਾ ਬੜਾ ਜ਼ਰੂਰੀ ਹੁੰਦਾ ਹੈ ਤੇ ਮੈਂ ਇਸ ਕਰੀ ਆਖਾ ਕਰਨਾ ਭਾਰਤ ਬੰਸ ਬਣਤਾ ਹੈ ਕਨਿਪਰੋਚਤਾ ਦੀਸ਼ ਹੈ अस गर्व के आखी जे कोल सैकड़े भाषा हजार बोलियां ये साड़ी रिचनेस है साड़ी समृद्धि है असेंगी अपनी इस समृद्धि पर गर्व होना चाहिए कदें क्ख होगा कोई विदेशी व्यक्ति मिली जा ਦੇ ਉਸ ਗੀ ਪਤਾ ਲੱਗਿਆ ਜੇ ਤੂੰ ਸਭਾਰਤ ਦਿਓ ਤੁਸੀਂ ਦਿਖਿਆ ਹੋਗ ਜੇ ਬਿੰਦਾਰਾ ਵੀ ਹੋ ਭਾਰਤ ਕਾ ਨਾ ਵਾਕਫ ਹੋਗ ਤਾਂ ਤੁਸੀਂ ਕੀ ਨਮਸਤੇ ਕਰੋਗ ਨਮਸਤੇ ਬੋਲਗ ਬੋਲਨੇ ਚ ਬਿੰਦ ਇਧਰ ਉਧਰ ਹੋ ਸਕਦਾ ਪਰ ਬੋਲਗ ਜਿੰਗਿਆ ਗਏ ਉਹ ਬੋਲਗ ਤੁੰਦੇ ਕੰਨ ਖੜੇ ਹੋਈ ਜਾਂਦੇ ਉਸ ਕੀ ਪਹਿਲੇ ਰਾਉਂਡ ਚ ਆਪਣਾਪਨ ਮਹਿਸੂਸ ਹੋਣ ਲੱਗਦਾ ਹੈ ਅੱਛਾ ਇਹ ਵਿਦੇਸ਼ੀ ਵਿਅਕਤੀ ਨਮਸਤੇ ਬੋਲਦਾ ਹੈ ਮਤਲਬ ਜੀ ਗੱਲਬਾਤ ਦੀ ਕਿੰਨੀ ਵੱਡੀ ਤਾਕਤ ਹੈ ਇਹਦੀ ਇਹ ਮਿਸਾਲ ਹੈ ਇੰਨੇ ਵੱਡੇ ਮੁਲਕ ਚ ਤੁਸੀਂ ਰਹਦੇ ਹੋ ਤੁਸੇ ਕਦੇ ਸੋਚਿਆ ਹੈ ਜੇ ਸ਼ੌਕ ਦੇ ਨਾਤੇ ਜਿਹਾ ਅਸੀਂ ਕਦੇ ਸੋਚਨੇ ਆ ਮੈਂ ਤਬਲਾ ਸਿੱਖਾਂ ਕਦੇ ਮੈਂ ਸੋਚਣਾ ਮੈਂ ਫਲੂਟ ਸਿੱਖਾਂ ਮੈਂ ਸਿਤਾਰ ਸਿੱਖਾਂ ਪਿਆਨੋ ਸਿੱਖਾਂ ਐਸਾ ਮਨ ਕਰਦਾ ਹੈ ਜਾਂ ਨਹੀਂ ਕਰਦਾ ਉਹ ਵੀ ਇੱਕ ਸਾਡੀ ਬਾਦੂ ਵਿਧਾ ਵਿਕਸਿਤ ਹੁੰਦੀ ਹੈ ਕਿ ਨਹੀਂ ਹੁੰਦੀ ਹੈ ਜੇਕਰ ਇਹ ਹੁੰਦਾ ਹੈ ਤਾਂ ਮੰਨ ਲਾਈਏ ਆਪਣੇ ਆਂਡ ਗਵਾਂਡ ਦੇ ਰੱਜ ਦੀ ਇਹ ਕਦ ਦੰ ਪਾਸ਼ਾ ਸਿੱਖਣੇ ਚ ਕਿਹਾ ਜਾਂਦਾ ਹੈ ਕੋਸ਼ਿਸ਼ ਕਰਨੀ ਲੋੜ ਚ ਦੀ ਹੈ ਤੇ ਜਿਹੜਾ ਅਸ ਪਾਸ਼ਾ ਸਿੱਖੀ ਜਨ ਨਹੀਂ ਆ ਮਤਲਬ ਬੋਲ ਚਾਲ ਦੇ ਕਿ ਸ਼ਬਾਕ ਸਿੱਖਣੇ ਜਨ ਨਹੀਂ ਹੈ ਅਸ ਉੱਥੇ ਦੇ ਅਨੁਭਵ ਦਾ ਜਿਹੜਾ ਨਿਚੋੜ ਹੁੰਦਾ ਹੈ ਇੱਕ ਇੱਕ ਭਾਸ਼ਾ ਦੀ ਜਿੱਲੇ અભિવ्यक्तियों ਨਾਲ ਸ਼ੁਰੂ ਹੁੰਦੀ ਹੈ ਨਾ ਤਾਂ ਉਹਦੇ ਪਿੱਛੇ ਅਜਾਰੇ ਬਰਿੰਦੀ ਇੱਕ ਅਵਿਰਲ ਅਖੰਡ ਅਵਿਚਲ ਇੱਕ ਤਾਰਾ ਹੁੰਦੀ ਹੈ ਅਨੁਭਵ ਦੀ ਤਾਰਾਂ ਹੁੰਦੀ ਹੈ ਉਤਾਰ ਚੜਾਵ ਦੀ ਤਾਰਾਂ ਹੁੰਦੀ ਹੈ ਸੰਕਟੇ ਦਾ ਸਾਹਮਣਾ ਕਰਤੀ ਹੋਈ ਨਿਕਲਦੀ ਤਾਰਾਂ ਹੁੰਦੀ ਹੈ ਤੇ ਉਸ ਲੈ ਜਾਈਏ ਇੱਕ ਭਾਸ਼ਾ અભિવ્યਕਤੀ ਦਾ ਰੂਪ ਲੈਂਦੀ ਹੈ ਅਸ ਇੱਕ ਪਾਸ਼ਾ ਕੀ ਜਿਸਲੇ ਜਾਨਣਿਆ ਤਾਂ ਤੁਸੀਂ ਕੀ ਉਸ ਅਜ਼ਾਰੇ ਬਰੇ ਪ੍ਰਾਣੀ ਦੁਨੀਆ ਚ ਪ੍ਰਵੇਸ਼ ਕਰਨੇ ਦਾ ਪਿਤ ਖੁੱਲੀ ਜਾਂਦਾ ਤੇ ਇਸ ਕਰੀਏ ਬਗੈਰ ਬੋਝ ਬਣਾਏ ਅਸਿੰਗੀ ਪਾਸ਼ਾ ਸਿੱਖਣੀ ਲੋੜ ਚ ਦੀ ਮੈਂ ਕਦੇ ਵੀ ਮਿਗੀ ਮੇ ਸੰਤੁਖ ਹੁੰਦਾ ਬੜਾ ਦੁਖ ਹੁੰਦਾ ਸਾਡੇ ਮੁਲਖ ਚ ਕੋਤੇ ਕੋਈ ਇੱਕ ਖਰਾ ਸਮਾਰਕ ਹੋਇ ਪੱਥਰ ਦਾ ਬਣੇਦਾ ਹੋਇ ਤੇ ਕੋਈ ਅਸਿੰਗੀ ਅੱਖੇ ਜੇ ਇਹ 2000 ਬਰੇ ਪੁਰਾਣਾ ਹੈ ਤਾਂ ਸੰਗੀ ਗਰਵ ਹੁੰਦਾ ਹੈ ਜਾਂ ਨਹੀਂ ਹੁੰਦਾ ਇੰਨੀ ਵਧੀਆ ਚੀਜ਼ 2000 ਬਰੇ ਪਹਿਲੇ ਹੀ ਹੁੰਦਾ ਹੈ ਜਾਂ ਨਹੀਂ ਹੁੰਦਾ ਕੁਸਾ ਕੀ ਵੀ ਗਰਵ ਹੋਗ ਪੀ ਇਹ ਵਿਚਾਰ ਨਹੀਂ ਆਉਂਦਾ ਜੇ ਕਿਸ ਕੋ ਨੇ ਚ ਹੈ ਉਪਾਹੀ 2000 ਬਰੇ ਪਹਿਲੇ ਦੀ ਇਹ ਬਵਸਥਾ ਹੈ ਕਿੰਨਾ ਵਧੀਆ ਬਣਾਇਆ ਸਾਡੇ ਪੁਰਖਿਆਂ ਕੀ ਕਿੰਨਾ ਗਿਆਨ ਹੋਗ ਤੁਸ ਮੇਗੀ ਦਸੋ ਦੁਨੀਆ ਦੀ ਸਬਨੇਸ਼ਾ ਪੁਰਾਤਨ ਪਾਸ਼ਾ ਦੁਨੀਆ ਦੀ ਸਬਨੇਸ਼ਾ ਪ੍ਰਾਨੀ ਸਿਰਫ ਹਿੰਦੁਸਤਾਨ ਦੀ ਨਹੀਂ ਦੁਨੀਆ ਦੀ ਸਬਨੇਸ਼ਾ ਪ੍ਰਾਨੀ ਪਾਸ਼ਾ ਜਿਸ ਮੁਲਕ ਦੇ ਕੋਲ ਉਹ ਹੈ ਉਸ ਮੁਲਕ ਦੀ ਗਰਵੂ ਨਾ ਲੋਟ ਚਦਾ ਜਾਂ ਨਹੀਂ ਉਹ ਨਾ ਲੋਟ ਚਦਾ છાતી ਚੌੜੀ ਕਰੀਏ ਦੁਨੀਆ ਕੀ ਆਖਣਾ ਚਾਹੀਦਾ ਜਾਂ ਨਹੀਂ ਆਖਣਾ ਚਾਹੀਦਾ ਜੇ ਦੁਨੀਆ ਦੀ ਸਭਨੇਸ਼ਪ ਪ੍ਰਾਨੀ ਪਾਸ਼ਾ ਸਾਢੇ ਕੋਲ ਹੈ ਆਖਣਾ ਚਾਹੀਦਾ ਜਾਂ ਨਹੀਂ ਆਖਣਾ ਚਾਹੀਦਾ ਤੁਸੇ ਕੀ ਪਤਾ ਹੈ ਸਾਢੀ ਤਮਿਲ ਪਾਸ਼ਾ ਇਹ ਦੁਨੀਆ ਦੀ ਸਭਨੇਸ਼ਪ ਪ੍ਰਾਨੀ ਪਾਸ਼ਾ ਹੈ ਪੂਰੀ ਦੁਨੀਆ ਦੀ ਇੰਨੀ ਵੱਡੀ ਅਮਾਨਤ ਕਿਹੜੇ ਦੇਸ਼ ਦੇ ਕੋਲ ਹੈ ਇਨਾ ਵੱਡਾ ਗੌਰਵ ਇਸ ਦੇਸ਼ ਦੇ ਕੋਲ ਹੈ ਜੇ ਆਸ ਛਾਤੀ ਚੌੜੀ ਕਰੀਏ ਦੁਨੀਆ ਚਾਖਦੇ ਨਹੀਂ ਹੈ ਮੈਂ ਪਿਛਲੀ ਬਾਰੀ ਜ਼ਿਲ੍ਹੇ ਯੂ ਐਨਓ ਚ ਮੇਰਾ ਪਾਸ਼ਨ ਹਾ ਤਮੈ ਜਾਣੀ ਬੁੱਝੀ ਹੈ ਕਿਸ਼ ਤਮਿਲ ਗੱਲਾਂ ਦਸੀਆਂ ਕਿ ਜੇ ਮੈਂ ਦੁਨੀਆ ਕੀ ਦੱਸਣਾ ਚਾਹੁੰਦਾ ਹਾ ਮੇਗੀ ਗਰਵ ਹੈ ਜੇ ਤਮਿਲ ਪਾਸ਼ਾ ਦੁਨੀਆ ਦੀ ਸ਼੍ਰੇਸ਼ਟ ਪਾਸ਼ਾ ਦੁਨੀਆ ਦੀ ਸਭਨੇਸ਼ਾ ਪ੍ਰਾਨੀ ਪਾਸ਼ਾ ਇਹ ਮੇਰੇ ਮੁਲਕ ਦੀ ਹੈ ਸੰਗੀ ਗਰਵ ਕਰਨਾ ਲੋੜ ਚਦਾ ਉਹ ਦੇਖੋ ਬੜੇ ਆਰਾਮ ਕਰਨੇ ਉੱਤਰਪਾਰ ਦਾ ਵਿਅਕਤੀ ਡੋਸਾ ਖਾਂਦਾ ਹੈ ਜਾਂ ਨਹੀਂ ਖਾਂਦਾ ਖਾਂਦਾ ਹੈ ਜਾਂ ਨਹੀਂ ਖਾਂਦਾ ਸਾਂਬਰ ਵੀ ਬੜੇ ਨੰਦ ਕਰਨੇ ਖਾਂਦਾ ਹੈ ਜਾਂ ਨਹੀਂ ਖਾਂਦਾ ਉਸ ਲਈ ਤੇ ਉਸ ਦੀ ਉੱਤਰ ਦੱਖਣ ਕਿਸ ਨਜ਼ਰੀ ਨਹੀਂ ਆਉਂਦਾ ਦੱਖਣ ਚ ਜਾਓ ਤਾਂ ਉੱਥੇ ਪਰੌਂਠੀ ਸਬਜ਼ੀ ਵੀ ਮਿਲ ਜੰਦੀ ਹੈ ਪੂਰੀ ਸਬਜ਼ੀ ਵੀ ਮਿਲ ਜੰਦੀ ਹੈ ਤੇ ਬੜੇ ਚਾਹ ਕਰਨੇ ਲੋਕ ਖੰਦੇ ਗਰਵ ਕਰਦੇ ਨਹੀਂ ਨਹੀਂ ਕਰਦੇ ਕੋਈ ਤਣਾ ਨਹੀਂ ਹੁੰਦਾ ਕੋਈ ਰੁਕਾਵਟ ਨਹੀਂ ਹੁੰਦੀ ਜਿੰਨੀ ਸਹਿਜਤਾ ਕਰਨੇ ਬਾਕੀ ਜ਼ਿੰਦਗੀ ਆਉਂਦੀ ਹੈ ਉੰਨੀ ਗਹਿ ਸਹਿਜਤਾ ਕਰਨੇ ਤੇ ਮੈਂ ਤੇ ਚਾਹੰਗ ਹਰ ਕੁਸੇ ਕੀ ਕੋਸ਼ਿਸ਼ ਕਰਨੀ ਲੋੜ ਚ ਦੀ ਜੇ ਆਪਣੀ ਮਾਤ੍ਰ ਪਾਸ਼ਾ ਦੇ ਪ੍ਰੰਤ ਭਾਰਤ ਦੀ ਕੋਈ ਨਾ ਕੋਈ ਪਾਸ਼ਾ ਕਿਸ ਤੇ ਵਾਕਿਆ ਆਉਣੇ ਲੋੜ ਚ ਦੇ ਤ ਉਸ ਦੇਖੋ ਤੁਸੀਂ ਕਿ ਨੰਦ ਆਓਗਾ ਜਿਲੇ ਐਸੇ ਵਿਅਕਤੀ ਕੀ ਮਿਲ ਗਿਓ ਤੇ ਦੋ ਵਾਕਿਆ ਵੀ ਜੇਕਰ ਤੁਸੀਂ ਉਹਦੀ ਪਾਸ਼ਾ ਚ ਬੋਲ ਗਏ ਇਕਦਮ ਆਪਣਾ ਆਪਣਾ ਨੋਈ ਜਾਗ ਤੇ ਇਸ ਕਰਕੇ ਪਾਸ਼ਾਗੀ ਬੋਝ ਦੇ ਰੂਪ ਚ ਨਹੀਂ ਤੇ ਮੇਗੀ ਚੇਤਾ ਹੈ ਮੈਂ ਜਿਸ ਲਈ ਬੜੇ ਬੜੇ ਪਹਿਲੇ ਦੀ ਗੱਲ ਹੀ ਸਮਾਜੀ ਕੰਮ ਚ ਲੱਗੇਦਾ ਹਾਂ ਤਾਂ ਮੈਂ ਇੱਕ ਬੱਚੀ ਕੀ ਤੇ ਮੈਂ ਦਿਖਿਆ ਜੇ ਬੱਚੇ ਚ ਪਾਸ਼ਾਗੀ ਕੈਚ ਕਰਨੇ ਦੀ ਬੜੀ ਗਜਬ ਦੀ ਤਾਕਤ ਹੁੰਦੀ ਹੈ ਅੜਪੀ ਦਿਨ ਦੀ ਹੈ ਬੜੀ ਤੇਜ਼ੀ ਕਰਨ ਹੈ ਤੇ ਮੈਂ ਕਦੇ ਸਾਰੇ ਇਥੇ ਕੈਲਿਕੋ ਮਿਲ ਕੇ ਇੱਕ ਮਜ਼ਦੂਰ ਪਰਿਵਾਰ ਹਾ ਅਹਮਦਾਬਾਦ ਚ ਤਾਂ ਮੈਂ ਕਦੇ ਉੰਦੇ ਇਥੇ ਰੋਟੀ ਹਾਸਤੇ ਜਾਂਦਾ ਹਾ ਤਾਂ ਉਥੇ ਇੱਕ ਬੱਚੀ ਹੀ ਉਹ ਕਈ ਭਾਸ਼ਾ ਬੋਲਦੀ ਹੀ ਕੀ ਕੀ ਜੇ ਇੱਕ ਤੇ ਉਹ ਮਜ਼ੂਰਿਆਂ ਦੀ ਕਲੋਨੀ ਹੀ ਤਾਂ ਕੋਸਮੋਪੋਲਿਟਨ ਹੀ ਉਹਦੀ ਮਾਤਾ ਕੇਰਲ ਥਮਾ ਹੀਆਂ ਪਿਤਾ ਬੰਗਾਲ ਥਮਾ ਹੈ ਪੂਰਾ ਕਾਸਮੋਪੋਲਿਟਨ ਹੋਨੇ ਕਰੀ ਇੰਦੀ ਜਲਦੀ ਹੀ ਗਵਾਂਡ ਚ ਇੱਕ ਪਰਿਵਾਰ ਮਰਾਠੀ ਹਾ ਤੇ ਸਕੂਲ ਜਿਹੜਾ ਹਾ ਉਹ ਗੁਜਰਾਤੀ ਹਾ ਮੈਂ ਇਰਾਨ ਹਾ ਉਸ 7-8 ਬਰੇ ਦੀ ਬੱਚੀ ਬੰਗਾਲੀ ਮਰਾਠੀ ਮਲਿਆਲਮ ਇੰਦੀ ਇੰਨੀ ਤੇਜ਼ ਗਤੀ ਕਨੇ ਬਦਿਆ ਬੋਲਦੀ ਹੀ ਟਿੱਕਰ ਅਜ ਪੰਜ ਲੋਕ ਬੈਠੇ ਦਿਨ ਇਹਦੇ ਕਨੇ ਗੱਲ ਕਰਨੀ ਆ ਤਾਂ ਬੰਗਾਲੀ ਚ ਕਰੋਗ ਇਹਦੇ ਕਨੇ ਕਰੋਗ ਤਾਂ ਮਲਿਆਲਮ ਚ ਕਰੋਗ ਇਹਦੇ ਕਨੇ ਕਰੋਗ ਤਾਂ ਗੁਜਰਾਤੀ ਚ ਕਰੋਗ 8-10 ਬਰੀਨ ਦੀ ਬੱਚੀ ਹੀ ਯਾਨੀ ਉਹਦੀ ਪ੍ਰਤਿਭਾ ਖਿੜਾ ਕਰਦੀ ਹੀ ਤੇ ਇਸ ਕਰਕੇ ਮੇਰੀ ਤੇ ਤੁਸੀਂ ਕੀ ਗੁਜ਼ਾਰਿਸ਼ ਰਾਓਗੇ ਜੇ ਅਸਿੰਘੀ ਆਪਣੀ ਵਿਰਾਸਤ ਪਰ ਤੇ ਮੈਂ ਤੇ ਇਸ ਬਾਰੀ ਲਾਲ ਕਿਲੇ ਥਮਾ ਵੀ ਆ ਕੇ ਆ ਹਾਂ ਪੰਜ ਪ੍ਰਾਂਨ ਦੀ ਗੱਲ ਆਪਣੀ ਵਿਰਾਸਤ ਪਰ ਅਸਿੰਘੀ ਗਰਵ ਹੋਣਾ ਚ ਲੋੜ ਚਦਾ ਇਹ ਅਸੀਂ ਕੀ ਗਰਵੋ ਨਾਲ ਲੋਟਚਦਾ ਜੇ ਸਾਡੇ ਪੁਰਖੇ ਅਸੀਂ ਪਾਸ਼ਾ ਸਿੰਘ ਦਿੱਤੀ ਗਿਆ ਇਹ ਹਰ ਹਿੰਦੁਸਤਾਨੀ ਕੀ ਗਰਵੋ ਨਾਲ ਲੋਟਚਦਾ ਹਰ ਪਾਸ਼ਾ ਪਰ ਗਰਵੋ ਨਾਲ ਲੋਟਚਦਾ ਮਤਾ ਮਤਾ ਤਨਵਾ